a South Asian Canadian channel. ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਿੱਦੜ ਪਿੰਡੀ ਅਮਰੀਕਾ ਦੇ ਵਿੱਚ ਰਹਿੰਦੇ ਦੋ ਸਕੇ ਭਰਾਵਾਂ ਦੇ ਉੱਤੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਅਤੇ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੇਰ ਰਾਤ 10:45 ਤੋਂ 11 ਵਜੇ ਦੇ ਦਰਮਿਆਨ 3 ਮੈਂਬਰ ਘਰ ਵਿੱਚ ਸਨ ਅਤੇ ਅਚਾਨਕ ਘਰ ਦੇ ਉੱਪਰ ਤਾਬੜ ਤੋੜ ਗੋਲੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲੀਆਂ, ਜਿਸ ਤੋਂ ਬਾਅਦ ਬੜੀ ਮੁਸ਼ਕਿਲ ਦੇ ਨਾਲ ਪਰਿਵਾਰ ਨੇ ਆਪਣੀ ਜਾਨ ਬਚਾਈ। ਇੱਕ ਨੌਜਵਾਨ ਸਾਡੇ ਘਰ ਦੀ ਦੀਵਾਰ ਦੇ ਉੱਪਰ ਚੜ੍ਹ ਕੇ ਸ਼ਰੇਆਮ ਤਾਬੜ ਤੋੜ ਗੋਲੀਆਂ ਚਲਾ ਰਿਹਾ ਸੀ, ਜੋ ਸਾਨੂੰ ਵੇਖ ਕੇ ਭੱਜ ਨਿਕਲਿਆ, ਜਿਸ ਨੇ ਆਪਣੇ ਮੂੰਹ ਦੇ ਉੱਤੇ ਚਿੱਟਾ ਕੱਪੜਾ ਵੀ ਬੰਨਿਆ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ 6 ਸਾਲਾਂ ਤੋਂ ਸਾਡੇ ਦੋ ਬੇਟੇ ਲਵਪ੍ਰੀਤ ਪੁੱਤਰ ਕਰਨ ਸਿੰਘ ਅਤੇ ਉਸਦਾ ਵੱਡਾ ਭਾਈ ਸਿਮਰਨਜੀਤ ਸਿੰਘ ਪੁੱਤਰ ਕਰਨ ਸਿੰਘ, ਜੋ ਗੁਰਦਾਸਪੁਰ ਦੇ ਪਿੰਡ ਗਿੱਦੜ ਪਿੰਡੀ ਦੇ ਰਹਿਣ ਵਾਲੇ ਨੇ, ਜੋ ਕਿ ਪਿਛਲੇ 7 ਸਾਲਾਂ ਤੋਂ ਅਮਰੀਕਾ 'ਚ ਰਹਿ ਰਹੇ ਸਨ, ਅਤੇ ਇੰਟਰਨੈਟ ਕਾਲ ਦੇ ਜ਼ਰੀਏ ਉਹਨਾਂ ਨੂੰ ਧਮਕੀ ਦਿੱਤੀ ਗਈ ਅਤੇ ਬੱਚਿਆਂ ਨੂੰ ਇੰਟਰਨੈਟ ਕਾਲ ਕੀਤੀ ਗਈ ਕਿ 20 ਲੱਖ ਦੀ ਫਿਰੌਤੀ ਦੇ ਦਿਓ। ਫਿਰੌਤੀ ਨਾ ਦੇਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਉੱਥੇ ਹੀ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਗਿੱਦੜ ਪਿੰਡੀ ਜੀ, ਮੈਂ ਪਿੰਡ ਦਾ ਲੰਬੜਦਾਰ ਹਾਂ ਅਤੇ ਮਿਸਿਜ਼ ਮੇਰੇ ਪਿੰਡ ਦੇ ਸਰਪੰਚ ਨੇ ਅਤੇ ਮੇਰੇ ਚਾਚਾ ਜੀ ਦਾ ਘਰ ਆ। ਚਾਚਾ ਜੀ ਮੇਰੇ ਗੁਜ਼ਰ ਗਏ ਨੇ, ਉਹਨਾਂ ਨੂੰ 10 ਸਾਲ ਹੋ ਗਏ ਨੇ ਅਤੇ ਇਹਨਾਂ ਦੇ ਬੇਟੇ 2 ਅਮਰੀਕਾ ਰਹਿੰਦੇ ਨੇ ਅਤੇ ਮੈਂ ਤਾਂ ਘਰ ਸੀ ਅਤੇ ਅਚਾਨਕ ਗੋਲੀਆਂ ਚੱਲੀਆਂ ਅਤੇ ਮੇਰਾ ਗੇਟ ਖੜਕਾਇਆ ਗਿਆ। ਮੇਰੀ ਮਾਂ ਨੂੰ ਮੇਰੇ ਮੰਮੀ ਡੈਡੀ ਦਾ ਘਰ ਮੇਰੇ ਸਾਹਮਣੇ ਆ ਅਤੇ ਜਦੋਂ ਅਸੀਂ ਆਏ ਹਾਂ ਅਤੇ ਆਉਂਦਿਆਂ ਨੂੰ ਇੱਥੇ ਗੋਲੀਬਾਰੀ ਹੋਈ ਪਈ ਹੈ, ਪੂਰੀ ਗੁੰਡਾਗਰਦੀ ਹੋ ਗਈ ਆ ਜੀ। ਆ ਗੇਟ ਤੋਂ ਉੱਤੋਂ ਪਹਿਲਾਂ ਤੋਂ ਚੜ੍ਹੇ ਨੇ ਬਦਮਾਸ਼ ਅਤੇ ਉਹਨਾਂ ਨੇ 4 ਗੋਲੀਆਂ ਮਾਰੀਆਂ। ਭਰਾ ਸਾਡੇ ਬਾਹਰ ਰਹਿੰਦੇ ਨੇ ਅਮਰੀਕਾ ਨੇ, ਉਹਨਾਂ ਕੋਲ ਫਿਰੌਤੀ ਮੰਗੀ ਰਹੀ ਕਿ 20 ਲੱਖ ਰੁਪਈਆ ਸਾਨੂੰ ਦਿਓ, ਨਹੀਂ ਤਾਂ ਅਸੀਂ ਇੱਦਾਂ ਕਰ ਦਾਂਗੇ। ਅਤੇ ਜਾਹ ਉਹਨਾਂ ਨੇ ਫਿਰੌਤੀ ਮੰਗੀ, ਉਸੇ ਉਹਨਾਂ ਨੇ ਗੋਲੀਆਂ ਚਲਾਤੀਆਂ। ਅਸੀਂ ਚਲੋ ਪੁਲਿਸ ਦੀ ਕਾਰਵਾਈ ਆਈ, ਪੁਲਿਸ ਆਈ, ਉਸ ਤੋਂ ਬਾਅਦ ਦੂਜੇ ਦਿਨ ਫਿਰ ਉਹਨਾਂ ਨੇ ਸਵੇਰੇ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਇੱਦਾਂ ਕਰੋਗੇ ਪੁਲਿਸ ਕੀ ਕਰ ਲੂਗੀ, ਜੇ ਤੁਸੀਂ ਇਹਨਾਂ ਨੇ ਨਹੀਂ ਦਿੰਦੇ ਤਾਂ ਤੁਹਾਡੇ ਨਿਆਣੇ ਵੀ ਮਾਰ ਦਿੱਤੇ ਜਾਣਗੇ। ਅਸੀਂ ਤਾਂ ਬਹੁਤ ਇਸ ਟਾਈਮ ਸਦਮੇ ਵਿੱਚ ਆ ਕਿ ਸਾਡੇ ਤਾਂ ਬੱਚਿਆਂ ਤੱਕ ਧਮਕੀਆਂ ਆ ਰਹੀਆਂ ਅਤੇ ਬਹੁਤ ਗੁੰਡਾਗਰਦੀ ਹੋ ਰਹੀ ਆ ਜੀ। ਕਿੰਨੇ ਵਜੇ ਦੀ ਇਹ ਘਟਨਾ ਜਦੋਂ ਗੋਲੀਆਂ ਚੱਲੀਆਂ ਸੀ? ਇਹ ਕੋਈ ਸਰ ਕੋਈ 11:45 ਦਾ ਟਾਈਮ ਸੀ, ਰਾਤ ਦਾ। ਰਾਤ ਦਾ ਅਤੇ ਉੱਥੋਂ ਮੈਂ ਉਹਨੂੰ ਦੇਖਿਆ, ਟੀ ਸ਼ਰਟ ਪਾਈ ਉਹਨੇ, ਚਿੱਟਾ ਕੱਪੜਾ ਬੰਨਿਆ। ਜਦੋਂ ਉਹਨੇ ਮੈਨੂੰ ਵੇਖੀ ਆ ਤਾਂ ਥੱਲੇ ਉੱਤਰ ਕੇ ਨਾਲ ਉੱਤੇ ਚੜਿਆ ਮੈਂ ਦੇਖਿਆ। ਲੱਗਦਾ ਸੀ ਕਿ ਤੁਹਾਨੂੰ ਪਰਿਵਾਰ ਨੂੰ ਅੰਦਰ ਉਹ ਮਾਰਨ ਨਹੀਂ ਆਏ ਸੀ? ਐ ਨਹੀਂ ਸਾਨੂੰ ਪਤਾ, ਉਹ ਕੀ ਆ ਸਕਦਾ ਸੀ ਅੰਦਰ ਵੀ, ਉਹ ਅੰਦਰ ਦਰਵਾਜ਼ਾ ਸਾਡਾ ਖੁੱਲ੍ਹਾ ਸੀ, ਅੰਦਰ ਵੀ ਆ ਸਕਦੇ, ਸਾਨੂੰ ਮਾਰ ਵੀ ਸਕਦਾ ਅੰਦਰ ਆ ਕੇ। ਸਾਨੂੰ ਨਹੀਂ ਪਤਾ ਉਹ ਕੀ ਕਿਹੜੇ ਚੱਕਰ 'ਚ ਆਇਆ ਸੀ, ਮਾਰਨ ਆਇਆ ਸੀ ਕਿ ਜਾਂ ਸਾਨੂੰ ਲੁੱਟਣ ਆਇਆ ਸੀ। ਸਾਨੂੰ ਮਾਰ ਤੱਕ ਅੰਦਰ ਤੱਕ ਗੋਲੀਆਂ ਚੱਲ ਗਈਆਂ, ਸੋਈ ਦੇ ਅੰਦਰ ਪਾਰ ਹੋ ਗਈ ਹੈ ਗੋਲੀ। ਜੇ ਮੇਰੇ ਸਾਡੇ ਪਰਿਵਾਰ ਨੂੰ ਕੋਈ ਖਤਰਾ ਹੋ ਗਿਆ ਤੇ ਪ੍ਰਸ਼ਾਸਨ ਤੇ ਪੁਲਿਸ ਜ਼ਿੰਮੇਵਾਰ ਹੋਏਗੀ, ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ। ਮੇਰਾ ਨਾਮ ਸਿਮਰ ਕੌਰ। ਕਿੰਨੇ ਵਜੇ ਘਟਨਾ ਵਾਪਰੀ ਹੈ? ਇਹੀ ਕੋਈ 11 ਵਜੇ ਨਾ ਅਸੀਂ ਅੰਦਰ ਬੈਠੇ ਤੇ ਆ ਕੇ ਤੇ ਜਦੋਂ ਧੜਾਧੜ ਗੋਲੀਆਂ ਚੱਲਣ ਲੱਗ ਪਈਆਂ ਤੇ ਉਦੋਂ ਪਤਾ ਲੱਗਿਆ ਵੀ ਗੋਲੀ ਕਿੱਥੇ ਚੱਲ ਰਹੀ ਹੈ। ਦੇਖਿਆ ਤਾਂ ਉਹਨਾਂ ਨੇ ਜਦੋਂ ਬਾਰੀ 'ਚ ਮਾਰੀ ਤੇ ਸ਼ੀਸ਼ਾ ਧੜ ਕਰਕੇ ਡਿੱਗਾ ਤੇ ਫਿਰ ਅਸੀਂ ਬਾਹਰ ਨਿਕਲੇ। ਪਹਿਲਾਂ ਮੇਰੀ ਬੇਟੀ ਨਿਕਲੀ, ਉਸ ਤੋਂ ਬਾਅਦ ਉਹਨਾਂ ਦਾ ਡੈਡੀ ਨਿਕਲੇ, ਫਿਰ ਮੈਂ ਬਾਅਦ 'ਚ ਨਿਕਲੀ। ਉਸ ਅਸੀਂ ਉਹਨੂੰ ਨਹੀਂ ਦੇਖਿਆ, ਮੇਰੀ ਬੇਟੀ ਨੇ ਦੇਖਿਆ ਕਿ ਬੰਦਾ ਉੱਤੇ ਥੰਮਲੇ 'ਤੇ ਆ, ਉਹ ਛਿੱਤਣਾ ਉੱਤਰ ਕੇ ਅਤੇ ਦੌੜ ਗਿਆ। ਗੇਟ ਗਾੜੀ ਹੰਡਾ ਲਾਇਆ ਸੀ ਉਹਨੇ ਅਤੇ ਸਟਾਰਟ ਕੀਤਾ ਅਤੇ ਫਟਾਫਟ ਨਿਕਲ ਗਿਆ। ਕਿੰਨੇ ਜਾਣੇ ਸੀ ਪਤਾ ਲੱਗਿਆ? ਕੋਈ ਇੱਕੋ ਹੀ ਦੇਖਿਆ ਇਹਨੇ, ਵੀ ਸਾਡੀ ਬੇਟੀ ਨੇ ਦੇਖਿਆ। A South Asian Canadian channel.